ਭੰਗੜੇ ਦੇ ਵੀ ਨਾ ਤਿੰਨ 파ਟ ਨੇ ਹਾਂ ਭੰਗੜਾ ਜਿੰਦਵਾ ਚੁੰਮਰ ਮਲਵਈ ਗਿੱਦਾ ਲੁੱਡੀ ਓ ਮਾਈ ਗੋਡ ਪੰਜਾਬੀ ਲੜਕੋ ਨੂੰ ਨਾ ਆਪਣੇ ਆਪ 'ਚ ਇਤਨਾ ਸੈਲਫ ਆਬਸੈਸ਼ਨ ਕਿਉਂ ਹੈ ਇਹ ਬੜੇ ਲੋਗੋ ਦਾ ਕੁਐਸਚਨ ਹੈ ਇਹ ਆਪਾਂ ਕਹਿੰਦੇ ਨਾ ਇੱਕ ਚੀਜ਼ ਬਲੱਡ 'ਚ ਆਉਂਦੀ ਹੁੰਦੀ ਆ ਇਹ ਪੰਜਾਬੀ ਦੇ ਅਸੀਂ ਸਮਝੋ ਪੰਜਾਬੀ ਖੂਨ 'ਚ ਹੀ ਆਈ ਚੀਜ਼ਾਂ ਹਨਾ ਇੱਕ ਵਾਰ ਦਿਲਜੀਤ ਬਾਜੀ ਵੀ ਇਹ ਗੱਲ ਕਹਿ ਰਹੇ ਸੀਗੇ ਵੀ ਪੱਲੇ ਭਾਵੇਂ ਸਾਹ 200 ਹੋਵੇ ਨਾ ਹੋਵੇ ਸਾਡੇ ਕੋਲ ਪਰ ਤਿਆਰ ਆਏ ਹੋਗੇ ਰਹੀਦਾ ਵੀ ਪੂਰੇ ਤਿਆਰ ਸ਼ਾਰ ਵੀ ਹਾਂ ਵੀ ਫਰ ਹਾਂ ਅੱਛਾ ਕੁੰਡੀਆਂ ਉੱਚਾ ਇਹਦਾ ਟਿਲ ਐਂਡ ਤੱਕ ਰਹਿਣੀ ਹੈ ਜਦ ਤੱਕ ਦੁਨੀਆ ਰਹੂਗੀ ਮੱਛ ਤਾਂ ਹੋਣੀ ਰਹੇਗੀ ਦੇਖੋ ਹੋ ਜਿੰਦ ਮਾਹੀ ਜੇ ਚੱਲਿਓ ਹੋ ਜਿੰਦ ਮਾਹੀ ਜੇ ਚੱਲਿਓ ਪਟਿਆਲੇ ਬੇ ਉਥੋਂ ਲਿਆਵੀ ਓਏ ਓਏ ਉਥੋਂ ਲਿਆਵੀ ਰੇਸ਼ਮੀ ਨਾਲੇ ਹੋਏ ਅੱਦੇ ਚਿੱਟੇ ਹੀ ਓਏ ਓਏ ਅੱਦੇ ਚਿੱਟੇ ਤੇ ਅੱਦੇ ਕਾਲੇ ਓ ਇੱਕ ਪਲ ਬਹਿ ਜਾਣਾ ਹੋ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਠੜੇ ਨਹੀਂ ਓਏ ਹੋ ਤੇਰੇ ਮਠੜੇ ਨਹੀਂ ਲੱਗਦੇ ਬੋਤ ਕੀ ਆਵਾਜ਼ ਹੈ शफल, चैट. सुबह 93.5 एफएम पर मैं हूं आरजे दीक्षा और और आज हमारे स्टूडियोज में एक एक इंडिपेंडेंट आर्टिस्ट हैं और इनका एक नया गाना आ चुका है रीज. सबसे पहले तो आपके गाने से शुरुआत करते हैं हम. सारा नो पहला इस भी एफएम 93.5 है सब तो पहला मेरे करेंगे रीज गाने ਨੀ ਪਾਲੇ ਕੋ ਜਿ ਸ਼ੌਂਕ ਨੇ ਏਦਾਂ ਦੇ ਮਿੱਠੀਏ ਮੱਲੋ ਮੱਲੀ ਨਜ਼ਰਾਂ ਚ ਝੜ ਜਾਂਨੀਆਂ ਨੀ ਜੱਟਾਂ ਨਾਲ ਅੱਖਾਂ ਮਿਲਾਈ ਮਿੱਠੀਏ ਨੀ ਅੱਖਾਂ ਥਾਣੀ ਦਿਲਾਂ ਵਿੱਚ ਵੜ ਜਾਂਨੀਆਂ ਨੀ ਇੰਨਾ ਕਤਾ ਹੋ ਗਿਆ ਤੇ ਯਰ ਬਾ ਕੁੜੇ ਸ਼ਕਲਾਂ ਤੋਂ ਦਿਲਾਂ ਦੀਆਂ ਪੜ ਜਾਂਨੀਆਂ ਤੱਕਣੀ ਤੇ ਲਾਉਂਦੀਆਂ ਕਲੇਮ ਨੱਡੀਆਂ ਵਹਿੰਦਿਆਂ ਹੀ ਜਾਦੂ ਜਿਹਾ ਕਰ ਜਾਂਨੀਆਂ ਨੀ ਫੀਲਿੰਗਾਂ ਨੂੰ ਰੱਖੀ ਕੰਟਰੋਲ 'ਚ ਕੁੜੇ ਮੁੰਡਾ ਨੀ ਉਹ ਕਹਿੰਦਾ ਵਾਰ-ਵਾਰ ਗੋਰੀਏ ਐਨੀ ਲਾ ਕੇ ਰੀਜ ਨਾ ਤੂੰ ਵੇਖ ਜੱਟ ਨੂੰ ਕਹੀਂ ਨਾ ਜੇ ਹੋ ਗਿਆ ਪਿਆਰ ਗੋਰੀਏ ਨੀ ਐ ਨੀ ਲਾ ਕੇ ਰੀਜ ਨਾ ਤੂੰ ਵੇਖ ਜੱਟ ਨੂੰ ਕਹੀਂ ਨਾ ਜੇ ਹੋ ਗਿਆ ਪਿਆਰ ਗੋਰੀਏ ਨੀ ਐ ਨੀ ਲਾ ਕੇ ਰੀਜ ਨਾ ਤੂੰ ਵੇਖ ਜੱਟ ਨੂੰ ਕਹੀਂ ਨਾ ਜੇ ਹੋ ਗਿਆ ਪਿਆਰ ਗੋਰੀਏ ਕੀ ਬਾਤ ਹੈ ਬਹੁਤ ਹੀ ਜ਼ਬਰਦਸਤ ਮਤਲਬ ਜਿੰਨਾ ਸੁਣਨੇ ਮੇ ਵਹਾਂ ਅੱਛਾ ਲੱਗ ਰਹਾ ਥਾ ਉਤਨਾ ਹੀ ਲਾਈਵ ਸੁਣਨੇ ਮੇ ਬੜਿਆ ਲੱਗ ਰਹਾ ਹੈ ਪਹਿਲੇ ਤੋਂ ਮੈਨੂੰ ਇਹ ਬਤਾਓ ਇੱਕ ਬੜਾ ਕੁਐਸਚਨ ਰਹਿਤਾ ਹੈ ਕਿ ਪੰਜਾਬੀ ਲੜਕੋ ਕੋ ਨਾ अपने आप से इतना सेल्फ ऑब्सेशन क्यों है ये बड़े लोगों का क्वेश्चन है कि कहीं पर भी वो आपको पता लग जाएगा ये बंदा पंजाबी है अलग ही सेल्फ ऑब्सेशन होता है उनको अपनी लुक्स को लेकर कपड़ों को लेकर ये आपा कह रहे ना एक चीज ब्लड च आंधी होती है पंजाबी दे असियां समझो पंजाबी ਕਹੋਂ ਚੀ ਹੈ ਇਹ ਚੀਜ਼ਾਂ ਹਨਾ ਇਹ ਗੱਲ ਹੋ ਗਈ ਕਿ ਇੱਕ ਵਾਰ ਦਿਲਜੀਤ ਭਾਜੀ ਵੀ ਇਹ ਗੱਲ ਕਹਿ ਰਹੇ ਸੀਗੇ ਵੀ ਪੱਲੇ ਭਾਵੇਂ ਸਾ 200 ਹੋਵੇ ਨਾ ਹੋਵੇ ਸਾਡੇ ਕੋਲ ਪਰ ਤਿਆਰ ਆਏ ਹੋਗੇ ਰਹਿਦਾ ਵੀ ਪੂਰੇ ਤਿਆਰ ਸ਼ਾਰ ਵੀ ਹਾਂ ਵੀ ਫਰਕ ਹਾਂ ਬਿਲਕੁਲ ਖਾਣ ਪੀਣ ਦਾ ਤੇ ਪਹਿਨਣ ਦਾ ਪੰਜਾਬੀ ਉਹਨਾਂ ਦੇ ਫਿਰ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਸ਼ੌਕ ਹੈ ਜੇ ਤੁਸੀਂ ਆਪਾਂ ਚੈੱਕ ਕਰ ਲਾਂਗੇ ਹਿਸਟਰੀ ਕਰਾਂਗੇ ਪਹਿਲੇ ਦਿਨ ਤੋਂ ਹੀ ਆਪਾਂ ਬਿਲਕੁਲ ਅੱਛਾ ਵੈਸੇ ਤੋਂ ਵੀਡੀਓ ਵਿੱਚ ਵੀ ਨਾ ਉਹ ਜੋ Z Black ਸ਼ੀਸ਼ੇ ਕਰਵਾ ਰੱਖੇ ਆਂ ਔਰ ਬਿਲਕੁਲ ਕਾਲੇ ਸ਼ੀਸ਼ੇ ਵਾਲੀ ਗੱਡੀ पर काली शीशे वाली गाड़ी वैसे तो अलाउड नहीं है चाहे वो पंजाब की बात हो चाहे दिल्ली की बात हो लेकिन कभी ऐसा हुआ है कि गाड़ी ब्लैक आपने पूरे शीशे ब्लैक करा के गाड़ी चलाई हो चलान कटवाया हो चंडीगढ़ मतलब पंजाब में तो बहुत चलान करते हैं नहीं इतना मिल रहा है दो हजार दस तो पहला था अलाउड ही सी हाँ पहले अलाउड हाँ, था वो तो चलाई है बथेरी काले शीशे ड्राइव इन करनी नहीं आती थी पर बैठी है ना जरूर ਤੇ ਠੀਕ ਹੈ ਵੀ ਮੈਂ ਚਲਾਨ ਚਲੂਣ ਤਾਂ ਨਹੀਂ ਘਟਾਇਆ ਉਸ ਤੋਂ ਬਾਅਦ ਜਦੋਂ ਆਏ ਗਿਆ ਸੀਗੇ ਰੋਲ ਕੇ ਹਾਂ ਬੈਨ ਹੋ ਚੁੱਕੇ ਉਸ ਤੋਂ ਬਾਅਦ ਤਾਂ ਗੱਦੇ ਨਹੀਂ ਚਲਾਇਆ ਪਰ ਕਾਲੀ ਸ਼ੀਸ਼ੇ ਕਰਾਣੇ ਦਾ ਲਾਜਿਕ ਕੀ ਹੈ ਮਤਲਬ ਮੂਝੇ ਨਹੀਂ ਸਮਝ ਆਇਆ ਕਿ ਕੁਝ ਲੋਕ ਤਾਂ ਚਲੋ ਜੋ ਕੰਮ ਹੈ ਉਹ ਅਲੱਗ ਹੀ ਕੰਮ ਹੈ ਲੇਕਿਨ ਕੁਝ ਲੋਕ ਸਿਰਫ ਟੋਰੋ ਟੈਸ਼ਨ ਵਿੱਚ ਕਰਾਤੇ ਹਨ ਨਹੀਂ ਕਾਲੇ ਸ਼ੀਸ਼ੇ ਨਾਲ ਤੁਸੀਂ ਦੇਖਿਓ ਹੁਣ ਇੱਕ ਹੋਰ ਗੱਲ ਕੀ ਹੋ ਚੁੱਕੀ ਹੈ ਆਪਣੇ ਜਾ ਤੱਕ ਕਿਸੇ ਵੱਡੇ ਪੋਲੀਟੀਸ਼ਨ ਦੇ ਹੋਣਗੇ ਕਾਲੇ ਸ਼ੀਸ਼ੇ ਹੋਣਗੇ ਹਾਂ ਉਹ ਵੀ ਸੈਲਬ੍ਰਿਟੀ ਹਾਂ ਉਹਦੇ ਵਿੱਚ ਇਹ ਹੁੰਦਾ ਕਿ ਹਾਂ ਵੇ ਵੇ ਜਾਮਾ ਜਾਮਾ ਪੂਰਾ ਸਾਡਾ ਘੈਂਟ ਆ ਵੀ ਫੁੱਲ ਸਾਡੀ ਕੋਈ ਅਪਰੋਚ ਆ ਜਾਂ ਕਹਿੰਦੇ ਕਹੌਂਦੇ ਬੰਦੇ ਤਾਂ ਕਰਕੇ ਕਾਲੇ ਤਾਂ ਰ ਹੈ ਸਾਡੀ ਕਾਰ ਹੈ ਕਰਕੇ ਯੂਜ਼ ਕਰ ਲਈ ਜਾਵੇ ਵਰਡ ਤੇ ਕਾਲੇ ਸ਼ੀਸ਼ੇ ਹਾਂ ਜੇ ਐਦਾਂ ਨਹੀਂ ਐਦਾਂ ਕੁਝ ਨਹੀਂ ਹੈਗਾ ਹੋਰ ਨੈਕਸਟ ਹਮ ਲੋਗ ਬਾਤ ਕਰਨੇ ਵਾਲੇ ਹੈ ਚੰਡੀਗੜ੍ਹ ਬੜਾ ਫੇਮਸ ਹੈ ਗੇੜਿਓਂ ਕੇ ਮਾਮਲੇ ਮੇਂ ਘੁੰਮਣੇ ਕੇ ਮਾਮਲੇ ਮੇਂ ਹੈਨਾ ਤੋ ਸਭ ਸੇ ਫੇਵਰੇਟ ਆਪਣੇ ਆਪ ਬਤਾਓ ਚੰਡੀਗੜ੍ਹ ਕੇ ਗੇੜੀ ਕੀ ਜਗ੍ਹਾਏ ਪੁਆਇੰਟਸ ਕੌਣ ਕੌਣ ਸੇ ਮੈਂ ਦੇਖੋ ਮੈਂ 2013 ਚ ਚੰਡੀਗੜ੍ਹ ਆਇਆ ਸੀਗਾ ਤੇ ਉਸ ਟਾਈਮ ਤਾਂ ਸਿਟਕੋ ਬਹੁਤ ਜ਼ਿਆਦਾ ਗੇੜੀ ਰੂਟ ਹੁੰਦਾ ਸੀ ਹੁਣ ਬਿਲਕੁਲ ਹੀ ਕਰੰਟਲੀ ਦਾ ਡੈਡ ਪਿਆ ਬਿਲਕੁਲ ਹੁਣ ਨਹੀਂ ਉਸ ਟਾਈਮ 8 9 10 ਬਹੁਤ ਚੱਲਦਾ ਸੀਗਾ ਤੇ ਅੱਜ ਵੀ 8 9 10 ਦਾ ਵਹੀ ਹੈ ਉਹੀ ਹੈ ਤੇ ਉਸ ਤੋਂ ਬਾਅਦ ਤਾਂ ਮੈਨੂੰ ਹੁਣ ਪਤਾ ਨਹੀਂ ਹੁਣ ਕਰੰਟਲੀ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਇੱਕ ਉਸ ਟਾਈਮ 36 ਸੀਗਾ ਐਮਸੀਐਮ

ਲੇਸ਼ ਹੁੰਦੇ ਆ ਰਿਲੇਸ਼ਨਸ਼ਿਪ ਮੇ ਕਿ ਉਹ ਆਗ ਬੜੀ ਲਗਾਤਾ ਨਾ ਜਾਂ ghee ਮੇ ਆਗ ਡਾਲਨੇ ਵਾਲਾ ਕੰਮ ਕਰਤਾ ਹੈ ਮੈਮ ਉਹ ਆਗ ਮੇ ghee ਡਾਲਨੇ ਵਾਲਾ ਕੰਮ ਕਰਤਾ ਹੈ ਹਾਂ ਤੁਸੀਂ ਬੜਾ ਔਖਾ ਸਵਾਲ ਪੁੱਛ ਲਿਆ ਪਰ ਹੋਇਆ ਇਸ ਦਾ ਮਤਲਬ ਐਸਾ ਲੱਗ ਰਿਹਾ ਕੁਝ ਤਾਂ ਹੋਇਆ ਹੈ ਦੇਖੋ ਇਹ ਇਹ ਹੈ ਕਿ ਗੱਲ ਮੈਮ ਇੱਕ ਦਾ ਸਿਚੁਏਸ਼ਨ ਡਿਪੈਂਡ ਕਰਦੀ ਹੈ ਤੇ ਤੁਸੀਂ ਜਿੰਨਾ ਮਰਜੀ ਕਹਿ ਲਓ ਪਹਿਲਾਂ ਜਦੋਂ ਬੰਦਾ ਰਿਲੇਸ਼ਨ ਚ ਆਉਂਦਾ ਨਾ ਪਹਿਲਾਂ ਤਾਂ ਹਾਂ ਨਹੀਂ ਮੈਂ ਇਹ ਗੱਲ ਸਮਝਦੀ ਆ ਜਾਂ ਮੈਂ ਸਮਝਦਾ ਤੇ ਜਦੋਂ ਥੋੜਾ ਟਾਈਮ ਨਿਕਲ ਜਾਂਦਾ ਦੇ ਬਾਰੇ ਫਿਰ ਇਹ ਗੱਲਾਂ ਸ਼ੁਰੂ ਹੋਏ ਜਾਂਦੀਆਂ ਨੇ ਕੁਝ ਵੀ ਲਾ ਲੋ ਕਿਉਂ ਹੁੰਦੀਆਂ ਨੇ ਜਾਂ ਕਈ ਵਾਰ ਆਪਾਂ ਟਾਈਮ ਦੇਣੋਂ ਹਟ ਜੰਨੇ ਆ ਜਦੋਂ ਟਾਈਮ ਦੇਣੋਂ ਹਟ ਜੰਨੇ ਆ ਤਾਂ ਫਿਰ ਮੈਨੂੰ ਲੱਗਦਾ ਕਿਤਨਾ ਕਿਤੇ ਬੰਦਾ ਸੋਚਦਾ ਕਿ ਹਾਂ ਇਹ ਤੂੰ ਉੱਥੇ ਟਾਈਮ ਦੇ ਰਿਹਾ ਮੈਨੂੰ ਕਿਉਂ ਨਹੀਂ ਦੇ ਸਕਦਾ ਉਹਦੇ ਵਿੱਚ ਮੈਂ 100 ਮਜਬੂਰੀਆਂ ਹੋ ਸਕਦੀਆਂ ਨੇ ਜਾਂ 100 ਗੱਲਾਂ ਹੋ ਸਕਦੀਆਂ ਨੇ ਵੀ ਕੀ ਉਹਦਾ ਕਾਰਨ ਕੀ ਆ ਰੀਜ਼ਨ ਕੀ ਆ ਇਹਦੇ ਉੱਤੇ ਤਾਂ ਨੋ ਕਮੈਂਟਸ ਨੋ ਕਮੈਂਟਸ ਹਾਂ ਪਰ ਮੈਨੇ ਰੀਸੈਂਟਲੀ ਇੱਕ ਇੱਕ ਦੋ ਇੰਟਰਵਿਊਜ਼ ਦੇਖੇ تھے ਜਹਾ ਪੇ ਜ਼ਾਖਿਰ ਖਾਨ ਨੇ ਵੀ ਇਹ ਕਹਾ ਹੈ ਕਿ ਅੱਜਕੱਲਰ ਅਗਰ ਲੜਕੀਆਂ ਕੋ ਇੰਪ੍ਰੈਸ ਕਰਨਾ ਹੈ ਨਾ ਹੈ ਵੈਰੀ ਇੰਪੋਰਟੈਂਟ ਟੂ ਬੀ ਫਨੀ ਇਫ ਯੂ ਵਾਂਟ ਟੂ ਇੰਪ੍ਰੈਸ ਸਮਵਨ ਆਪਕੋ ਇਹ ਲੱਗਦਾ ਹੈ ਕਿ ਯਾਰ ਇਹ ਦੀਕਸ਼ਾ ਇਹ ਫਾਰਮੂਲਾ ਹਮੇਸ਼ਾ ਕੰਮ ਕਰਦਾ ਹੈ ਇਹ ਮਤਲਬ ਨੇਵਰ ਫੇਲਿੰਗ ਫਾਰਮੂਲਾ ਹੈ ਨਹੀਂ ਮੇਰੇ ਅਕੋਰਡਿੰਗ ਤਾਂ ਮੈਂ ਮੇਲ ਆਦਾ ਜਦੋਂ ਬੰਦਾ ਜਾਂ ਬੰਦੀ ਜਾਂ ਬੰਦਾ ਕਿਸੇ ਨੂੰ ਤੁਸੀਂ ਆਪਣੀ ਲਾਈਫ 'ਚ 50 ਬੰਦਿਆਂ ਨੂੰ ਜਾਂ 50 ਬੰਦਿਆਂ ਨੂੰ ਅਪਰੋਚ ਕਰ ਲੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਅਪਰੋਚ ਕਰਨਾ ਕਿੱਦਾਂ ਹਨਾ ਮੇਰੇ ਅਕੋਰਡਿੰਗ ਤਾਂ ਇਹ ਹੈ ਕਿ ਅਪਰੋਚ ਮੈਟਰ ਕਰਦੀ ਹੈ ਫਨੀ ਹੋਣਾ ਮੈਟਰ ਨਹੀਂ ਕਰਦਾ ਕਿ ਹਾਂ ਫਨੀ ਹੋਣਾ ਬੰਦਾ ਕੀ ਹੈ ਕਿ ਨਹੀਂ ਜੇ ਤੁਹਾਡੀ ਪਹਿਲੀ ਅਪਰੋਚ ਇਹੋ ਜੀ ਹੈ ਕਿ ਤੁਸੀਂ ਉਹਨੂੰ ਅਟਰੈਕਟਿਵ ਨਹੀਂ ਕਰ پا ਰਹੇ ਕਿ ਫੇਰ ਤਾਂ ਗੱਲ ਬਾਨਣੀਓ ਕਿੱਥੋਂ ਫਰਸਟ ਅਪਰੋਚ ਮੈਟਰ ਕਰਦੀ ਹੈ ਮਤਲਬ ਤੋ ਮਤਲਬ ਅਪਰੋਚ ਇਸ ਮੋਰ ਇੰਪੋਰਟੈਂਟ ਰਾਦਰ ਦੈਨ ਬੀਇੰਗ ਫਨੀ ਇਨ ਅ ਰਿਲੇਸ਼ਨਸ਼ਿਪ ਹੈਨਾ ਓਕੇ ਠੀਕ ਹੈ ਅੱਛਾ ਲੜਕੀਆਂ ਵੈਸੇ ਤਾਂ ਅੱਜਕੱਲ ਬਾਤ ਕਰਦੀ ਹੈ ਕੁਆਲਿਟੀ ਦੇ ਬਾਰੇ ਮੈਂ ਹੈਨਾ ਕਿ ਹਰ ਚੀਜ਼ ਮੇ ਕੁਆਲਿਟੀ ਹੋਣੀ ਬੜੀ ਜ਼ਰੂਰੀ ਹੈ ਲੇਕਿਨ ਜਬ ਪਹਿਲੀ ਡੇਟ ਪਰ ਬਿਲ ਸਪਲਿਟ ਕਰਨੇ ਦੀ ਬਾਤ ਆਤੀ ਹੈ ਤੋ ਨਹੀਂ ਦੋ ਲੜਕੀਆਂ ਨੂੰ ਲੱਗਦਾ ਹੈ ਕਿ ਨਹੀਂ ਯਾਰ தி ਗਾਇਸ ਸ਼ੁੱਡ ਪੇ ਮਤਲਬ ਇਹ ਤਾਂ ਕਹਦੇ ਨਾ ਇੱਕ ਡੀਸੈਂਸੀ ਹੁੰਦੀ ਹੈ ਇੱਕ ਲੜਕੀ ਕੀ ਕਿ ਲੜਕਾ ਬਿਲ ਪੇ ਕਰੇ ਯਾਰ ਮੈਂ ਕਿਉਂ ਬਿਲ ਪੇ ਕਰੂੰ ਉਹਦੇ ਵਿੱਚ ਮੈਮ ਇਹ ਗੱਲ ਹੋਰ ਹੋਰ ਵੀ ਆਏ ਦੇਖੋ ਡਿਪੈਂਡ ਕਰਦਾ ਸਿਚੁਏਸ਼ਨ ਡਿਪੈਂਡ ਕਰਦੀ ਨਾ ਇੱਥੇ ਵੀ ਫੇਰ ਬਈ ਕੁੜੀ ਹਨਾ ਜੇ ਪਤਾ ਲੱਗਦਾ ਕਿ ਕੁੜੀ ਚੰਗੀ ਹੈ ਦੇਖੋ ਉੱਥੇ ਇੱਕ ਵਾਰ ਤਾਂ ਬਹਿਸ ਹੋਊਗੀ ਕਿ ਨਹੀਂ ਕੁੜੀ ਕਹੂਗੀ ਮੈਂ ਬਿਲ ਪੇ ਕਰਨਾ ਮੁੰਡਾ ਕਹੂਗਾ ਮੈਂ ਬਿਲ ਪੇ ਕਰਨਾ ਪਰ ਨਾ ਇੱਕ ਨਾ

ਕਿੰਨਾ ਕਿਤੇ ਅਸੀਂ ਵੀ ਇਹ ਚੀਜ਼ ਕਰੈਕ ਕੀਤੀ ਆ ਹੁਣ ਜਦੋਂ ਗਾਣੇ ਰਿਲੀਜ਼ ਕਰਦੇ ਆ ਆ ਆਰਟਿਸਟ ਨਾਲ ਹਮੇਸ਼ਾ ਸਭ ਤੋਂ ਵੱਧ ਸੋਚਦਾ ਹੁੰਦਾ ਜਿਹੜੇ ਆਰਟਿਸਟ ਨਵੇਂ ਆਉਂਦੇ ਆ ਜਿਹੜੇ ਤਾਂ ਮੇਰੇ ਤੋਂ ਵੱਡੇ ਨੇ ਮੇਰੇ ਸੀਨੀਅਰਸ ਨੇ ਉਹਨਾਂ ਨੂੰ ਤਾਂ ਚਲੋ ਕਿਤਨਾ ਕਿਤੇ ਉਹਨਾਂ ਨੇ ਉਹ ਚੀਜ਼ ਬ੍ਰੇਕ ਕੀਤੀ ਹੋਈ ਆ ਉਹਨਾਂ ਨੂੰ ਪਤਾ ਹੈ ਕਿ ਹਨਾ ਕਿ ਪ੍ਰੋਮੋਸ਼ਨ ਕਿਵੇਂ ਆ ਕਿਵੇਂ ਨਈ ਗਾਣਾ ਪਹੁੰਚਾਉਣਾ ਕਿਵੇਂ ਲੋਕਾਂ ਤੱਕ ਨਵੇਂ ਆਰਟਿਸਟ ਲਈ ਕੀ ਔਖਾ ਹੈ ਇਹਦਾ ਸਭ ਤੋਂ ਪਹਿਲੀ ਗੱਲ ਉਹਦੇ ਕੋਲ ਆਡੀਅנס ਹੁੰਦੀ ਨਹੀਂ ਜੇ ਕੋਈ ਕੰਟੈਂਟ ਜਿੰਨਾ ਮਰਜੀ ਸੋਨਾ ਬਣਾ ਲੈ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਲੋਕਾਂ ਤੱਕ ਰੀਚ ਕਿਵੇਂ ਦੇਵਾਂਗੇ ਉਹ ਗਾਣੇ ਦੇ ਉੱਤੇ ਹਨਾ ਤੇ ਕਿਤੇ ਨਾ ਕਿਤੇ ਦੇਖਿਆ ਜਾਵੇ سوشل میڈیا ਨਾ ਸਭ ਤੋਂ ਵੱਡਾ ਰੋਲ ਪਲੇ ਕਰਦਾ ਹੁਣ ਤੇ ਨਵੇਂ ਆਰਟਿਸਟ ਪਹਿਲਾਂ ਮੇਤੂ ਵੀ ਇਹ ਗਲਤੀਆਂ ਹੋਈਆਂ ਨੇ ਪਹਿਲਾਂ ਕੀ ਕਰਦੇ ਸੀ ਕਿ ਸੋਚਦੇ ਸੀ ਕਿ ਯਾਰ ਟੌਪ ਦਾ ਰਾਈਟਰ ਚੱਕੋ ਟੌਪ ਦਾ 뮤직 ਡਾਇਰੈਕਟਰ ਚੱਕੋ ਆ ਟਾਪ ਦਾ ਵੀਡੀਓ ਡਾਇਰੈਕਟਰ ਚੱਕੋ ਟਾਪ ਦਾ ਲੇਬਲ ਹੋ ਫਿਰ ਤੁਸੀਂ ਗਾਣਾ ਰਿਲੀਜ਼ ਕਰੋਗੇ ਐਂਡ 'ਚ ਆ ਕੇ ਬੰਦਾ ਪ੍ਰੋਮੋਸ਼ਨ ਸੋਚਦਾ ਹੁੰਦਾ ਕਿ ਹੁਣ ਕੀ ਕਰਨਾ ਪਰ ਨਹੀਂ ਮੈਨੂੰ ਇਹ ਲੱਗਦਾ ਕਿ ਹੁਣ ਅੱਜ ਦੇ ਟਾਈਮ ਤੁਸੀਂ ਗਾਣਾ ਜੇ ਡਿਜ਼ਾਈਨ ਕਰਨਾ ਸਭ ਤੋਂ ਪਹਿਲਾਂ ਤੁਹਾਡੇ ਪ੍ਰੋਮੋਸ਼ਨ ਦਿਮਾਗ 'ਚ ਹੋਣੀ ਚਾਹੀਦੀ ਆ ਆਡੀਓ ਮੇਕ ਸ਼ੂਰ ਕਿ ਉਹਨੇ ਰਿਪੀਟ ਚੱਲਣਾ ਉਹ ਬਹੁਤ ਵਧੀਆ ਚਾਹੀਦੀ ਆ ਕਿ ਵੀਡੀਓ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਫਿਰ ਵੀ ਸੈਕੰਡਰੀ ਆਪਸ਼ਨ ਚਲਾ ਗਿਆ ਕਿਉਂਕਿ ਮੇਰਾ ਵਾਟ ਆਈ ਥਿੰਕ ਕਿ ਆਰਟਿਸਟ ਆਫ ਦਿ ਲਾਈਫ ਚ ਜ਼ਿੰਦਗੀ ਚ ਕਦੇ ਵੱਡਾ ਨਹੀਂ ਹੋ ਸਕਦਾ ਕਦੇ ਵੀ ਨਹੀਂ ਵੱਡਾ ਹੋਦਾ ਹਮੇਸ਼ਾ ਵੱਡਾ ਹਮੇਸ਼ਾ ਕਿੰਗ ਕੰਟੈਂਟ ਰਹੂਗਾ ਉਹੀ ਆਰਟਿਸਟ ਆ ਜੀ ਉਹਨੇ ਪੰਜ ਗਾਣੇ ਪਹਿਲਾਂ ਵੱਡੇ ਦਿੱਤੇ ਆ ਹਿੱਟ ਦਿੱਤੇ ਆ ਲੋਕ ਉਹਨੂੰ ਪਸੰਦ ਕਰਨਗੇ ਤੇ ਉਹੀ ਆਰਟਿਸਟ ਆ ਜੀ ਉਹਦੇ ਅਗਲੇ ਪੰਜ ਗਾਣੇ ਫਲॉप ਚਲੇ ਜਾਂਦੇ ਆ ਸਾਰੇ ਉਹਨੂੰ ਗਾਲਾਂ ਵੀ ਕੱਢਦੇ ਨੇ ਤਾਂ ਮੈਨੂੰ ਇਹ ਲੱਗਦਾ ਕਿ ਕੰਟੈਂਟ ਵੱਡਾ ਆ ਆਰਟਿਸਟ ਕਦੇ ਨਹੀਂ ਤਾਂ ਕੰਟੈਂਟ ਨੂੰ ਪ੍ਰਮੋਟ ਕਰਨ ਲਈ ਸੋਸ਼ਲ ਮੀਡੀਆ ਹੁਣ ਤਾਂ ਬਹੁਤ ਰੀਅਲ ਰੂਲ ਮੈਮ ਸਮਾ ਕੇ ਆਰਟਿਸਟ ਉੱਤੇ ਹੋਰ ਬਾਰ ਪੈ ਗਿਆ ਬਜਟ ਡਿਸਾਈਡ ਕਰੋ ਇੰਸਟਾਗ੍ਰam ਦਾ ਪਹਿਲਾਂ ਤਾਂ ਇਕੱਲਾ ਕੀ ਹੁੰਦਾ ਸੀਗਾ ਇਕੱਲਾ ਟੀਵੀ ਦੇਖ ਲੋ ਟੀਵੀ ਤੇ ਪਹਿਲਾਂ ਕੀ ਹੁੰਦਾ ਟੀਵੀ ਤੇ ਗਾਣਾ ਚੱਲ ਪਿਆ ਉੱਥੇ ਚਲਾਤਾ ਹਿੱਟ ਹੁਣ ਕੀ ਹੋ ਗਿਆ ਟੀਵੀ ਵੀ ਦੇਖੋ YouTube ਵੀ ਦੇਖੋ TikTok ਵੀ TikTok ਵੀ ਦੇਖੋ Instagram ਵੀ ਦੇਖੋ ਇੰਨੇ ਜ਼ਿਆਦਾ ਪਲੈਟਫਾਰਮ ਆ ਗਏ ਤੇ ਗਾਣਾ ਰੀਚ ਕਰਨਾ ਤੇ ਬਜਟ ਵੀ ਉਨੇ ਹੀ ਜ਼ਿਆਦਾ ਵੱਧ ਚੁੱਕਿਆ ਤੇ ਨਵੇਂ ਆਰਟਿਸਟ ਲਈ ਔਖਾ ਹੂੰ किस्मत बहुत चंगी है कंटेंट बहुत फिर तो निकल नुकल जाता नहीं तो बंदा बचा देखते आप सोशल मीडिया की बात कर रहे हो और मैंने देखा है कि आप सोशल मीडिया पे ज्यादा एक्टिव हो नहीं हाँ अपने कोई सीक्रेट अकाउंट बना रखा है जिससे आप फॉलो करते हो क्योंकि पंजाब से भी आप ज्यादा लोगों को फॉलो नहीं करते हो मैंने देखा आपसे दिलजीत सिर्फ दि, दिल और एक आध दो जने और है बट वैसे देखा जाए तो पंजाब इंडस्ट्री से आप ज्यादा लोगों को फॉलो नहीं करते हो तो अलग से कोई सीक्रेट अकाउंट बनाया हुआ है थोड़ा सा दूसरा कोई अकाउंट बनाया हुआ अच्छा वैसे ना पंजाब में जो देखा जाता है

ਔਰ ਅਗਰ ਦਿਖਣੇ ਵਿੱਚ ਜ਼ਿਆਦਾ ਵਧੀਆ ਨਹੀਂ ਵੀ ਹੋ ਤਾਂ ਕੌਨਫੀਡੈਂਸ ਬਹੁਤ ਜ਼ਿਆਦਾ ਹੈ ਹਾਂ ਇਹੀ ਹੋਣਾ ਚਾਹੀਦਾ ਹੈ ਹਾਂ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਹੈ ਤਾਂ ਇਸ ਲਈ ਆਪਕੋ ਲੱਗਦਾ ਹੈ ਕਿ ਹਰ ਕੋਈ ਸਿੰਗਰ ਬਣਾ ਦੇਖੋ ਸਿੰਗਰ ਤਾਂ ਇਹ ਦੇਖੋ ਜਿਹਨੂੰ ਰੱਬ ਵੱਲੋਂ ਹਨਾ ਇਹ ਟੈਲੈਂਟ ਮਿਲਿਆ ਤੇ ਜਿਹਨੂੰ ਮਿਲਿਆ ਹਰ ਬੰਦਾ ਚਾਹੁੰਦਾ ਹੈ ਕਿ ਹਨਾ ਕਿ ਕਿਉਂ ਨਾ ਬਣੇ ਉਹ ਹਰ ਬੰਦਾ ਚਾਂਸ ਲੈਂਦਾ ਤੇ ਮੈਂ ਸੋਚਦਾ ਜਿਹਨੂੰ ਜਿਹਦੇ ਕੋਲੇ ਟੈਲੈਂਟ ਹੈਗਾ

और कैनेडा का इतना क्रेज क्यू है पंजा को मतलब यहाँ की आप कैब देख लो कहीं भी आप बैठ जाओगे ना कैनेडा का झंडा दिखी जाएगा तो ये क्यों है कैनेडा से ਕਿੰਨੇ ਮੈਂ ਹੁਣ ਇਹ ਦੇਖ ਲਓ ਸਾਰਾ ਦੁਆਬਾ ਦਾ ਬਾਹਰ ਫਿਰ ਰਿਹਾ ਜੀ ਕੈਨੇਡਾ ਚ ਹਨਾ ਤੇ ਮੈਨੂੰ ਇਹ ਲੱਗਦਾ ਵੀ ਆਨ ਵਾਲੇ ਟਾਈਮ ਚ ਵੀ ਇੱਕ ਸਾਈਕੀ ਫਿੱਟ ਹੋ ਚੁੱਕੀ ਆ ਆਪਣੇ ਕਿ ਜੇ ਤੁਸੀਂ 8th ਜਾਂ 9th ਕਲਾਸ ਦੇ ਬੱਚੇ ਨੂੰ ਪੁੱਛੋਗੇ ਵੀ ਕੀ ਕਰਨਾ ਉਹ ਕਹੂਗਾ ਕਿ ਮੈਂ ਬਾਹਰ ਜਾਣਾ ਉਹਨੇ ਬਾਹਰ ਕਿਉਂ ਜਾਣਾ ਇਹ ਨਹੀਂ ਪਤਾ ਹਾਂ ਬਸ ਉਹਨੇ ਬਾਹਰ ਜਾਣਾ ਤੇ ਜਦੋਂ ਬੰਦਾ ਬਾਹਰ ਗਿਆ ਹੁੰਦਾ ਹਨਾ ਜੀ ਤੇ ਉਹਦੇ ਕਰਕੇ ਨਾ ਬੰਦੇ ਨੂੰ ਇਹ ਲੱਗਦਾ ਹੁੰਦਾ ਕਿ ਯਾਰ ਜਦੋਂ ਵਾਪਸ ਆਉਂਦਾ ਫਿਰ ਟੌਰ ਵੀ ਮਾਰਨੀ ਆ ਵੀ ਹਾਂ ਮੈਂ ਕੈਨੇਡਾ ਤੋਂ ਆਇਆ ਇਹ ਤੇ ਨਾ ਮੈਨੂੰ ਇੱਕ ਮਿੰਟ ਬੜੀ ਗੱਲ ਯਾਦ ਆ ਗਈ ਬੜੀ ਹਾਸੇ ਵਾਲੀ ਗੱਲ ਆ ਮੇਰਾ ਫਰੈਂਡ ਕੈਨੇਡਾ ਬਹੁਤ ਟਾਈਮ ਹੋ ਗਿਆ ਉਹਨੂੰ ਰਹਿੰਦੇ ਨੂੰ ਤੇ ਬੜਾ ਔਖਾ ਸੌਖਾ ਹੋ ਕੇ ਉਹਦੇ ਘਰ ਦੇ ਨਾਲ ਉੱਥੇ ਉਹਨੂੰ ਭੇਜਿਆ ਤੇ ਉਹਨੇ ਨਾਲ ਬਾਰੋ ਸੇਵਿੰਗ ਸੋਵਿੰਗ ਕਰਕੇ ਆਪਣਾ ਘਰ ਦੇ ਨਾਲ ਪੈਸੇ ਭੇਜਿਆ ਕਰੇ ਤੇ ਇਧਰੋਂ ਅੰਕਲ ਕਦੇ ਉਹੀ ਪੈਸੇ ਕਦੇ ਬੋਲਟ ਆ ਰਹੀਆ ਆ ਰਿਹਾ ਕਦੇ ਗੱਡੀ ਆ ਰਹੀਆ ਕਦੇ ਕੀ ਕਦੇ ਕੀ ਕਦੇ ਕੀ ਹੈ ਨਾ ਮਤਲਬ ਬਾਪੂ ਕਹਿੰਦਾ ਕਹਿੰਦਾ ਉਧਰੋਂ ਕਹਿੰਦਾ 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 ਪੁੱਤ ਨੂੰ ਪਤਾ ਨਹੀਂਗਾ ਵੀ ਮੇਰੀ ਕਿੰਨੀ ਕਿੰਨੀ ਇੱਥੇ ਉਹ ਹੁੰਦੀ ਹੈ ਕਹਿੰਦਾ ਵੀ ਤੂੰ ਮਰੇ ਕਹ ਉਹ ਕਹਿੰਦਾ ਯਾਰ ਇੱਥੇ ਤੇਰੀ ਇਕੱਲੇ ਦੀ ਹੁੰਦੀ ਹੈ ਕਹਿੰਦਾ ਤੂੰ ਸੋਚ ਤੇਰੀ ਇਕੱਲੇ ਦੀ ਮੱਤ ਵੱਜਦੀ ਹੈ ਕਹਿੰਦਾ ਮਰੇ ਦੇਖ ਮੈਂ ਪੂਰੇ ਪਿੰਡ ਦੀ ਮੱਤ ਮਾਰ ਕੇ ਰੱਖਦਾ ਕਹਿੰਦਾ ਉਹ ਕਿਤਨਾ ਕਿਤਨਾ ਫੈਕਟਰ ਉਹ ਫੈਕਟਰ ਕੇ ਆਪਾਂ ਕਹਿੰਦੇ ਨੇ ਆ ਕਿ ਜਦੋਂ ਨਾ ਨਾਲਦਿਆਂ ਨੂੰ ਤੁਸੀਂ ਸ਼ੋਅ ਆਫ ਵਾਲਾ ਗੰਬੇ ਹਾਂ ਜੀ ਮੇਰਾ ਵੀ ਮੇਰਾ ਭਤੀਜਾ ਬਾਹਰੋਂ ਆਇਆ ਜਾਂ ਮੇਰਾ ਮੁੰਡਾ ਬਾਹਰੋਂ ਆਇਆ ਕਿਤਨਾ ਕਿਤੇ ਉਹ ਚੀਜ਼ ਕਰਦੇ ਆ ਬਾਕੀ ਇਹ ਆ ਕਿ ਦੇਖੋ ਜਿਨ੍ਹਾਂ ਦਾ ਕੰਮ ਸੈੱਟ ਵੀ ਕੀਤਾ ਕੈਨੇਡਾ ਨੇ ਆਪਾਂ ਦਾ ਬੁਰਾ ਵੀ ਨਹੀਂ ਕਹਿੰ ਠਾਕ ਬਿਲਕੁਲ ਬਿਲਕੁਲ ਔਰ ਪੰਜਾਬੀਆਂ ਕੋ ਬੋਡੀ ਬਿਲਡਿੰਗ ਦਾ ਬੜਾ ਸ਼ੌਕ ਹੈ ਜਿਮ ਜਾਣੇ ਦਾ ਮਤਲਬ ਮੈਨੇ ਜੋ ਕ੍ਰੇਜ਼ ਪੰਜਾਬ ਮੇਂ ਦੇਖਾ ਨਾ ਉਹ ਉਤਨਾ ਮੈਨੇ ਕਹੀਂ ਨਹੀਂ ਦੇਖਾ ਐਸਾ ਕਿਉਂ ਇਦਾਂ ਕਿਉਂ ਤੁਸੀਂ ਆਏ ਲਾ ਲੋ ਜਿਹੜਾ ਆਪਣਾ ਜੀ ਤੁਸੀਂ ਸਾਡਾ ਪਿਛੋਕੜ ਚੈੱਕ ਕਰੋਗੇ ਪੰਜਾਬ ਦਾ ਉਹ ਪਹਿਲਾਂ ਕਬੱਡੀ ਪਹਿਲਵਾਨੀ ਤੋਂ ਆ ਤਾਂ ਕਿਤੇ ਨਾ ਕਿਤੇ ਉਹ

ਪੁਣ ਮੁੱਛ ਦਾ ਤਾਂ ਹੀ ਸ਼ੁਰੂ ਤੋਂ ਹੀ ਚੱਲ ਆਇਆ ਹੁਣ ਉਹ ਤਾਂ ਉਹ ਤਾਂ ਤੁਸੀਂ ਐ ਲੈ ਲਓ ਵੀ ਉਹ ਤਾਂ ਨਾ ਇੱਕ ਸਾਡੇ ਤੁਸੀਂ ਵਿਰਾਸਤ ਮੰਨ ਕੇ ਚੱਲ ਲਓ ਉਹ ਆਹ ਲੈਗੇਸੀ ਲੈਗੇਸੀ ਆਣਾ ਉਹ ਤਾਂ ਉਹ ਤਾਂ ਰਹਿਣੀ ਹੀ ਰਹਿਣੀ ਹੈ ਤਾਂ ਇਹਦਾ ਟਿਲ ਐਂਡ ਤੱਕ ਰਹਿਣੀ ਹੈ ਜਦ ਤੱਕ ਦੁਨੀਆ ਰਹੂਗੀ ਮੁੱਛ ਤਾਂ ਉਹ ਹੀ ਰਹਣੀ ਹੈ ਦੇਖੋ ਬਿਲਕੁਲ ਸਹੀ ਬਾਤ ਹੈ ਅੱਛਾ ਨਾਊ 무ਵਿੰਗ ਟੁਵਰਡਸ ਦ ਬੇਸਿਕ ਕੁਐਸਚਨਸ ਫਾਰ ਰੈਡੈਂਡੀ ਸ਼ਫਲ ਪਹਿਲੇ ਤਾਂ ਆਪ ਆਪਣੇ ਗਾਣੇ ਦੇ ਬਾਰੇ ਵਿੱਚ ਬਤਾਓ ਕਿ ਗਾਣੇ ਦੀ ਸਟੋਰੀ ਕੀ ਹੈ ਕੀ ਸੋਚ ਕੇ ਆਪਨੇ ਇਹ ਗਾਣਾ ਬਣਾਇਆ ਰੀਜ ਰੀਜ ਦੀ ਸਟੋਰੀ ਕੁਝ ਨਹੀਂ ਇਦਾਂ ਹੀ ਬਸ ਬੈਠੇ ਸੀਗੇ ਤੇ ਗੱਲ ਚੱਲ ਪਈ ਕਿ ਯਾਰ ਬੰਦਾ ਕਹਿੰਦਾ ਹੁੰਦਾ ਨਾ ਜਦ ਯਾਰ ਦੋਸਤ ਜੀੜੀ ਮਾਰ ਰਹੇ ਹੁੰਦੇ ਆ ਬੈਠੇ ਹੁੰਦੇ ਆ ਥੋੜੀ ਹਿੰਦੀ ਵੀ ਯੂਜ਼ ਕਰਨਾ ਵਿੱਚ ਮੈਂ ਕਿਤੇ ਪੈਨ ਇੰਡੀਆ ਜਾਏਗਾ ਇਹ ਹਿੰਦੀ ਅਸਾੜੀ ਭਾਲੀ ਟਾਈਟ ਹੋਣੀ ਆ ਥੋੜੀ ਥੋੜੀ ਜ਼ਿਆਦਾ ਨਹੀਂ ਚਲੋ ਆ ਟ੍ਰਾਈ ਕਰਕੇ ਦੇਖਦੇ ਹਾਂ ਹਾਂ ਤੇ ਮੈਮ ਇਹ ਆ ਕਿ ਕੋਈ ਕੋਈ ਇਦਾਂ ਕੋਈ ਇਨਸੀਡੈਂਟ ਨਹੀਂ ਨਾਰਮਲੀ ਬੈਠੇ ਸੀਗੇ ਤੇ ਮੇਰੇ ਫਰੈਂਡ ਨੇ ਕਿਹਾ ਕਿ ਹਣਾ ਏਰੋ ਵੋ ਲੜਕੀ ਦੇਖ ਹੂੰ ਕਿਤਨੇ ਪਿਆਰ ਸੇ ਕਿਤਨੇ ਧਿਆਨ ਸੇ ਦੇਖ ਰਹੀ ਹੈ ਇਹ ਉਹ ਹਣਾ ਬਸ ਉੱਥੋਂ ਗੱਲ ਬਣ ਗਈ ਕਿ ਅੱਛਾ ਯਾ ਰੀਜਨਲ ਵੇਖ ਰਹੀ ਹੈ ਉੱਥੋਂ ਗੱਲ ਬਣ ਗਈ ਕਿ ਇਹ ਨੇ ਲਾ ਕੇ ਰੀਜਨਲ ਤੂੰ ਵੇਖ ਜੱਟ ਨੂੰ ਕਹੀ ਨਾ ਜੇ ਹੋਈ ਪਿਆਰ ਗੋਰੀ ਬਾਈ ਇੰਨਾ ਕੀ ਸੀਗਾ ਤੋ ਰੀਜ ਦਾ ਮਤਲਬ ਸਮਝਾ ਦਿਓ ਲੋਕੋ ਕੋ ਨੋਨ ਪੰਜਾਬੀ ਆਡੀਅנס ਹੈ ਰੀਜ ਮਤਲਬ ਰੀਜਨ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜਦੋਂ ਆਪਾਂ ਕਿਸੇ ਨੂੰ ਨਾ ਬਹੁਤ ਆਬਜ਼ੈਸਟ ਹੋ ਜੀਏ ਕਿਸੇ ਚੀਜ਼ ਦੇ ਉੱਤੇ ਧਿਆਨ ਨਾਲ ਦੇਖਣਾ ਐਨ ਐਨ ਆਪਾਂ ਕਹਿੰਦੇ ਕਿ ਦੇਖੀ ਹੋ ਜਾਣਾ 10 ਮਿੰਟ 15 ਮਿੰਟ ਬਹੁਤ ਪਿਆਰ ਨਾਲ ਉਹਨੂੰ ਕਹਿੰਦੇ ਹੁੰਦੇ ਆਪਾਂ ਕਿ ਰੀਜ ਵੀ ਐਨੇ ਰੀਜ ਨਾਲ ਨਾ ਵੇਖ ਕੀ ਬਾਤ ਹੈ ਔਰ ਵੀਡੀਓ ਬੜਾ ਇੰਟਰਸਟਿੰਗ ਹੈ ਮਤਲਬ ਅਗਰ ਦੇਖਾ ਜਾਏ ਤਾਂ ਜਿਸ ਤਰੀਕੇ ਸੇ ਸ਼ੂਟ ਕੀਤਾ ਹੈ ਕਹਾਂ ਸ਼ੂਟ ਕਰਾ ਹੈ ਕਿਸਨੇ ਸ਼ੂਟ ਕਰਾ ਹੈ ਔਰ ਕੀ ਆਈਡੀਆ ਥਾ ਵੀਡੀਓ ਦਾ ਮੈਮ ਵੀਡੀਓ ਦਾ ਆਈਡੀਆ ਸ਼ੂਟ ਅਸੀਂ ਅਰਮੇਨੀਆ ਕੀਤਾ ਸੀਗਾ ਤੇ ਡਾਇਰੈਕਟ ਮੇਰੇ ਛੋਟੇ ਭਰਾ ਕਰਨ ਨੇ ਕੀਤਾ ਕਰਨਗਾਬਾ ਨੇ ਤੇ ਉਹਦੇ ਕਾਫੀ ਪ੍ਰੋਜੈਕਟਸ ਹੁਣ ਆਣਿਆ ਬਹੁਤ ਵਧੀਆ ਕੰਮ ਕਰਦਾ ਆ ਆਈਡੀਆ ਸਾਨੂੰ ਖੁਦ ਨਹੀਂ ਪਤਾ ਸੀਗਾ ਸੀ ਸ਼ੂਟ ਕੀ ਕਰਨਾ ਉੱਥੇ ਜਾ ਕੇ ਸਾਈਡ ਆਈਡੀਆ ਬਣਾਇਆ ਕਿ ਐਦਾਂ ਕੁਝ ਪਲਾਨ ਕਰਦਾ ਕਿਉਂਕਿ ਸਾਡਾ ਪਹਿਲਾਂ ਕੁਝ ਆਈਡੀਆ ਕੁਝ ਹੋਰ ਸੀਗਾ ਤਕਰੀਬਰ ਹੁੰਦਾ ਕਿ ਜਦ ਤੁਸੀਂ ਬਾਹਰ ਸ਼ੂਟ ਕਰਦੇ ਹੋ ਉਦਾਂ ਦੀ ਰਿਕੁਆਇਰਮੈਂਟਸ ਤੁਹਾਨੂੰ ਨਹੀਂ ਮਿਲਦੀਆਂ ਆਈਆਂ ਫਿਰ ਉਹ ਥੋੜਾ ਮੋਟਾ ਸ਼ਫਲ ਕੀਤਾ ਸੀਗਾ ਕਿ ਲਾਈਕ ਉਹ ਕਿੱਦਾਂ ਖੇਡ ਸਕਦੇ ਆ ਕਿੱਦਾਂ ਵਧੀਆ ਸ਼ੂਟ ਕਰ ਸਕਦੇ ਠੀਕ ਹੈ ਤੇ ਸਾਨੂੰ ਵੀ ਜਦੋਂ ਐਡਿਟ ਹੋ ਜਾਂਦੇ ਨਾ ਉਦੋਂ ਹੀ ਪਤਾ ਲੱਗਦਾ ਹੁੰਦਾ ਕਿ ਕੀ ਬਣਿਆ ਕੀ ਨਹੀਂ ਬਣਿਆ ਉਸ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਜਜ ਹੁੰਦਾ ਹੁੰਦਾ ਮੈਂ आल्सो ਲੋਕੋ ਆਪਣੀ 뮤지컬 ਜਰਨੀ ਦੇ ਬਾਰੇ ਵਿੱਚ ਥੋੜਾ ਸਾ ਬਤਾਓ ਕਿ 뮤ਜ਼ਿਕ ਮੇਂ ਕਬ ਆਏ ਔਰ ਕਬ ਸੇ ਆਪ 뮤ਜ਼ਿਕ ਕਰ ਰਹੇ ਹੋ ਮੈਂ 뮤직 ਦੀ ਜਰਨੀ ਹੈ ਕਿ ਮੈਂ ਮੇਰੇ ਪਰਦਾਦਾ ਜੀ ਵੀ ਗਾਉਂਦੇ ਸੀਗੇ ਪਰਦਾਦਾ ਜੀ ਲਾਈਕ ਮੈਂ 12 ਸਾਲ ਦਾ ਸੀਗਾ ਜਦੋਂ ਉਹ ਪੂਰੇ ਹੋਏ ਨੇ ਐਕਸਪਾਇਰ ਹੋਏ ਨੇ ਤੇ ਉਹਨਾਂ ਨੂੰ ਮੈਂ ਗਾਉਂਦੇ ਹੋਏ ਸੁਣਿਆ ਛੋਟੇ ਹੁੰਦੇ ਪਰਦਾਦਾ ਜੀ ਮੇਰੇ ਗਾਉਂਦੇ ਸੀਗੇ ਦਾਦਾ ਜੀ ਮੇਰੇ ਡੈਡ ਵੱਡਾ ਭਰਾ ਤੇ ਫੈਮਿਲੀ ਬਿਜ਼ਨਸ ਕਰਕੇ ਕਿਸੇ ਨੇ ਵੀ ਫੀਲਡ ਨੂੰ ਪਰਸੂਏ ਨਹੀਂ ਕੀਤਾ ਹੈਗਾ ਤੇ ਮੈਂ ਬੀਏ ਫਾਈਨਲ ਜਦੋਂ ਮੇਰਾ ਗ੍ਰੈਜੂਏਸ਼ਨ ਕੰਪਲੀਟ ਹੋਈ ਮੈਂ ਸੋਚਿਆ ਕਿ ਹੁਣ ਆਪਾਂ ਕੀ ਕਰਾਂਗੇ ਫਿਰ ਮੈਂ ਸੋਚਿਆ ਕਿ ਇੱਕ ਹੀ ਚੀਜ਼ ਆਪਣੇ ਕੋਲ ਕਰਨ ਨੂੰ ਕਰ ਲਈ ਚੁੱਪ ਕਰਕੇ ਵੀ ਆਪਾਂ ਟੈਲੈਂਟ ਖਰਾਬ ਨਹੀਂ ਕਰਨਾ ਹੈਗਾ ਹਾਂ ਤੇ ਤਾਂ ਕਰਕੇ ਬਸ ਛੋਟੇ ਹੁੰਦੇ ਤਾਂ ਸ਼ੌਂਕ ਸੀਗਾ ਬਹੁਤ ਜ਼ਿਆਦਾ ਤੇ ਕਾਲਜ ਦੇ ਵਿੱਚ ਭੰਗੜਾ ਪਾਉਣਾ ਬੋਲੀਆਂ ਪਾਉਣੀਆਂ ਬਸ ਉੱਥੋਂ ਸ਼ੌਂਕ ਪਿਆ ਹੋਇਆ ਸੀ ਬਹੁਤ ਬੋਲੀਆਂ ਬੋਲੀਆਂ ਆਉਂਦੀਆਂ ਆਪਕੋ ਬੋਲੀਆਂ ਕਾਫੀ ਹੁੰਦੀਆਂ ਨੇ ਯਾਰ ਪਲੀਜ਼ ਸੁਣਾ ਦਿਓ ਪਲੀਜ਼ ਪਲੀਜ਼ ਬੋਲੀਆਂ ਸੁਣਾ ਦਿਓ ਬੋਲੀਆਂ ਤੁਸੀਂ ਭੰਗੜੇ ਦੀਆਂ ਸੁਣੀਆਂ ਨੇ ਝੂਮਰ ਦੀਆਂ ਸੁਣੀਆਂ ਨੇ ਜਿੰਦਵਾ ਦੀਆਂ ਸੁਣੀਆਂ ਨੇ ਜੋ ਮਰਜ਼ੀ ਆਪਕਾ ਜੋ ਦਿਲ ਕਰੇ ਸੁਣਾ ਦੋ ਜੋ ਮਤਲਬ ਆਪਕੋ ਲੱਗਦਾ ਕਿ ਲੋਕ ਲੋਕ ਕੋ ਸ਼ਾਇਦ ਨਹੀਂ ਪਤਾ ਜੋ ਨਾਨ ਪੰਜਾਬੀ ਆਡੀਅנס ਹੈ ਆਪਣੀ ਬੋਲੀਆਂ ਕਿਆ ਪਤਾ ਉਹਨੇ ਨਾ ਪਤਾ ਹੋ ਇਤਨੀ ਓਕੇ ਮੈਂ ਤੁਹਾਨੂੰ ਪਹਿਲਾ ਬੋਲੀ ਜਿੰਦਵਾ ਦੀ ਸੁਣਾਉਣਾ ਹਾਂ ਹੋ ਜਿੰਦ ਮਾਹੀ ਜੇ ਚੱਲੇ ਹੋ ਹੋ ਜਿੰਦ ਮਾਹੀ ਜੇ ਚੱਲੇ ਹੋ ਪਟਿਆਲੇ ਵੇ ਉਥੋਂ ਹੁਲਿਆਵੀ ਓਏ ਓਏ ਓ ਤੋਂ ਲਿਆ ਮੇਰੇ ਰੇਸ਼ਮੀ ਨਾਲੇ ਹੋਏ ਅੱਦੇ ਚਿੱਟੇ ਹੀ ਓਏ ਓਏ ਅੱਦੇ ਚਿੱਟੇ ਤੇ ਅੱਦੇ ਕਾਲੇ ਓ ਇੱਕ ਪਲ ਬਹਿ ਜਾਣਾ ਹੋ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਠੜੇ ਨਹੀਂ ਓਏ ਹੋ ਤੇਰੇ ਮਠੜੇ ਨਹੀਂ ਲੱਗਦੇ ਭੋਲ ਕੀ ਆ ਬਾਤ ਹੈ ਇਹ ਵਾਲੀ ਤਾਂ ਮੈਨੇ ਸੁਣੀ ਹੈ ਵੈਸੇ ਇਹ ਮੈਮ ਲਾਈਕ ਪੰਗੜੇ ਦੇ ਵੀ ਨਾ ਤਿੰਨ 파ਰਟ ਨੇ ਹਾਂ ਤਿੰਨੇ ਭੰਗੜਾ ਜਿੰਦਵਾ ਚੁੰਮਰ ਮਲਵਈ ਗਿੱਦਾ ਲੁੱਡੀ ਓ ਵਾਹ ਗੋਡ ਤੇ ਪੰਜ ਭੰਗੜੇ ਤੇ ਕਿਸੇ ਨੂੰ ਪਤਾ ਨਹੀਂ ਘੱਟ ਬੰਦੇ ਨੂੰ ਪਤਾ ਹੋਣਗੇ ਜਿਹੜੇ ਮਤਲਬ ਫੋਕ ਨਾਲ ਜੁੜੇ ਹੋਏ ਨੇ ਇੱਕ ਹੋਰ ਇੱਕ ਹੋਰ ਸੁਣਾ ਦਿਓ ਕੋਈ ਐਸੀ ਕੋਈ ਬੜੀਆ ਸੀ ਮਤਲਬ ਜਿੰਦੂ ਜਿੰਦੂਵੇ ਵਾਲੀ ਹਾਂ ਸੁਣਾ ਦ ਸੁਣਾ ਦੋ ਹੋ ਜਿੰਦ ਮਾਹੀ ਅੰਬੀਆਂ ਤੇ ਓਏ ਹੋ ਜਿੰਦ ਮਾਹੀ ਅੰਬੀਆਂ ਤੇ ਆ ਗਿਆ ਨੂਰ ਜੱਟੀਆਂ ਦੇ ਮੁਖੜੇ ਤੇ ਓਏ ਹੋ ਜੱਟੀਆਂ ਦੇ ਮੁਖੜੇ ਤੇ ਆ ਗਿਆ ਨੂਰ ਜੀ ਨੂੰ ਵੇਖ ਕੇ ਓਏ ओ जिन्हू देख के चढ़े सरूर एक पल बह बह जाना जाना हो हो एक पल मेरे कोल तेरे तेरे मिठड़े मिठड़े नहीं नहीं क्या बात है बहुत ही बढ़िया बहुत ही बढ़िया यार और ऑफ कोर्स क्योंकि आपको बड़े सारे इंडिपेंडेंट आर्टिस्ट सुनेंगे क्योंकि ये शो बड़े सारे इंडिपेंडेंट आर्टिस्ट फॉलो करते हैं कोई मैसेज जो आप उनको देना चाहते हो अपने एक्सपीरियंस से जो आपने सीखा है अपनी जर्नी में देखो ये हाँ లైక్ پہلی ਗੱਲ ਤਾਂ ਇਹ ਹੈ ਕਿ ਮੈਂ ਹਲੇ ਤਾਂ ਮੈਂ ਖੁਦ ਸਿੱਖ ਰਿਹਾ ਮੈਂ ਖੁਦ ਸਿੱਖ ਰਿਹਾ ਇਨਸਟਲ ਸਿੱਖੀ ਜਾਂਣਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨਾ ਵੱਡਾ ਹੋਇਆ ਕਿ ਮੈਂ ਕਿਸੇ ਨੂੰ ਐਡਵਾਈਸ ਦੇ ਸਕਾਂ ਜਾਂ ਹਨਾ ਬਾਕੀ ਇਹ ਹੈ ਕਿ ਮੈਂ ਇਹ ਕਹੂੰਗਾ ਕਿ ਯਾਰ ਜੋ ਵੀ ਕਰਨਾ ਆਪਦਾ ਸੂਝ ਸਮਝ ਕੇ ਬੈਸਟ ਕਰੋ ਜਿਹੜਾ ਗਾਣਾ ਕਰਨਾ ਹੈ ਦੇਖ ਲਿਓ ਵੀ ਉਹ ਗਾਣੇ ਚ ਵਾਈਬ ਹੈ ਕਿਉਂਕਿ ਅੱਜ ਕੱਲ ਵਾਈਬ ਚੱਲ ਰਹੀ ਹੈ ਹੋਰ ਕੁਝ ਵੀ ਨਹੀਂ ਚੱਲ ਰਿਹਾ ਹੈਗਾ ਜੇ ਤੁਹਾਨੂੰ ਉਹਦੇ ਵਿੱਚ ਕੋਈ ਗਰਟ ਫੀਲਿੰਗ ਆਉਂਦੀ ਹੈ ਬਸ ਗਾਣਾ ਕਰ ਦੋ ਦੇਖ ਕੇ ਕਰੋ ਆਪਣੀ ਤੁਹਾਡੇ ਕੋਲ ਕਿਸੇ ਨਾਲ ਵੀ ਕੰਮ ਕਰਨਾ ਸਟਾਰਟਿੰਗ ਦੇ ਵਿੱਚ ਕਿਸੇ ਵੀ ਨਵੇਂ ਆਰਟਿਸਟ ਨੇ ਜਦੋਂ ਆਪਣਾ ਡੈਬਿਊ ਕਰਨਾ ਮੇਕ ਸ਼ੂਰ ਕਿ ਤੁਹਾਡੇ ਕੋਲ ਨਾ ਬਹੁਤ ਰਾਈਟ ਟੀਮ ਹੋਣੀ ਚਾਹੀਦੀ ਆ ਅੰਟਿਲ অর ਅਨਲੈਸ ਤੁਹਾਡੇ ਕੋਲ ਰਾਈਟ ਟੀਮ ਨਹੀਂ ਹੋਗੀ ਤੁਹਾਨੂੰ ਸਕਸੈਸਫੁਲ ਨਹੀਂ ਬਹੁਤ ਔਖੀ ਆ ਬਿਲਕੁਲ ਬਿਲਕੁਲ ਐਬਸੋਲੂਟਲੀ ਔਰ ਆਪਕੇ ਕੁਝ ਫੇਵਰਿਟ 90s ਕੇ ਪੰਜਾਬੀ ਗਾਣੇ ਫॉर आवर ਸੈਗਮੈਂਟ ਵਿਚ ਇਜ਼ 90s ਅਨਵਾਈਂਡ ਕੋਈ ਐਸੇ ਦੋ ਫੇਵਰਿਟ ਪੰਜਾਬੀ ਗਾਣੇ ਨਹੀਂ ਮੈਮ ਐਦਾਂ ਫੇਵਰਿਟ ਤਾਂ ਨਹੀਂ ਹੈਗੇ ਕੋਈ ਪਰ ਹਾਂ 90s ਦੇ ਸੋਨੇ ਬਹੁਤ ਲੱਗੇ ਜਦੋਂ ਮੈਂ ਆਪਣੀ ਜਦੋਂ ਮੈਨੂੰ ਲੱਗਿਆ ਕਿ ਹਾਂ ਮ ਸਾਰੀ ਲੈ ਜਾਣੇ ਹੋ ਹਨ ਆਪਣੇ ਦੇ ਵਿੱਚ ਨਹੀਂ